ਹਾਂਜੀ ਗਾਇਸ, ਹੋਰ ਤੁਸੀਂ ਕਿਵੇਂ ਹੋ? ਤੇ ਨਵੀਂ ਵੀਡੀਓ ਲੈ ਕੇ ਆ ਗਿਆ ਹੈਗਾ। ਤੇ ਅੱਜ ਅਸੀਂ ਚੱਲੇ ਆ ਹਰਿਮੰਦਰ ਸਾਹਿਬ। ਤੇ ਨਾ ਰਸਤੇ ਵਿੱਚ ਬਾਰਿਸ਼ ਵੀ ਬਹੁਤ ਮਿਲੀ ਸੀ, ਤੇ ਉਹਦੇ ਕੋ ਬਦਲਾਂ ਦਾ ਵਿਊ ਚੈੱਕ ਕਰੋ, ਇੱਦਾਂ ਹੀ ਲੱਗਦਾ ਜਿਵੇਂ ਪਹਾੜ ਹੋਣ। ਬਹੁਤ ਜ਼ਿਆਦਾ ਬਾਰਿਸ਼ ਸੀ, ਪਾਣੀ ਵੀ ਬਹੁਤ ਖੜਾ ਹੋਇਆ ਸੀ ਰਸਤੇ ਵਿੱਚ। ਤੇ ਅਸੀਂ ਲੇਟ ਹੋ ਗਏ ਸੀਗੇ, ਅਸੀਂ ਮਤਲਬ ਸ਼ਾਮ ਕੁ ਵੇਲੇ ਹੀ ਚੱਲੇ ਸੀਗੇ, 5-6 ਵਜੇ ਲੁਧਿਆਣੇ ਤੋਂ। ਫਿਰ ਆਪਾਂ ਪਹੁੰਚਦੇ ਲੇਟ ਹੋ ਗਏ ਕਿਉਂਕਿ ਬਾਰਿਸ਼ ਵੀ ਸੀਗੀ, ਅਤੇ ਮਤਲਬ ਸਾਨੂੰ ਰਸਤੇ ਵਿੱਚ ਐਕਸੀਡੈਂਟ ਵੀ ਬਹੁਤ ਮਿਲੇ। ਪਰਲੀ ਸਾਈਡ ਲਾਈਨ ਤੋਂ ਇਸ ਸਾਈਡ ਗੱਡੀ ਪਲਟ ਕੇ ਆ ਗਈ ਸੀ, ਸਾਨੂੰ 3-4 ਐਕਸੀਡੈਂਟ ਐਵੇਂ ਜਿਹੇ ਮਿਲੇ। ਅਤੇ ਫਿਰ ਅਸੀਂ ਗੱਡੀ ਸਲੋ ਚਲਾਈ, ਅਸੀਂ 60-70 ਤੋਂ ਉੱਤੇ ਗਏ ਹੀ ਨਹੀਂ। ਅਤੇ ਫਿਰ ਸਾਨੂੰ ਜਿਹੜੀ ਅੰਮ੍ਰਿਤਸਰ ਦੀ ਬਾਹਰ ਵਾਲੀ ਹਰਿਮੰਦਰ ਸਾਹਿਬ ਦੇ ਕੋਲ ਜਿਹੜੀ ਮਾਰਕੀਟ ਹੈ, ਉੱਥੇ ਜੱਟ ਪ੍ਰਭਜੋਤ ਮਿਲਿਆ, ਅਤੇ ਫਿਰ ਅਸੀਂ ਉਹਨਾਂ ਨਾਲ ਫੋਟੋਆਂ ਖਿਚਾਈਆਂ। ਅਤੇ ਫਿਰ ਅਸੀਂ ਤਾਂ ਮੱਥਾ ਟੇਕ ਆਏ ਸੀ, ਮਤਲਬ ਉਹ ਇੱਕ ਦਿਨ ਪਹਿਲਾਂ ਆਏ ਹੋਏ ਸੀ, ਉਹ ਸਿਰਫ ਰਾਤੀ ਮਾਰਕੀਟ ਘੁੰਮਣ ਆਏ ਸੀ। ਅਤੇ ਫਿਰ ਇੱਥੇ ਬੱਦਲ ਥੋੜ੍ਹੇ ਜਿਹੇ ਨਾ ਅੱਗੇ ਜਾ ਕੇ ਸਹੀ ਹੋਏ। ਫਿਰ ਜਲੰਧਰ ਕੋਲ ਅਸੀਂ ਜਾ ਕੇ ਜਾਮਨ ਤੋੜੇ, ਜਾਮਨ ਖਾਧੇ। ਆਹ ਦੇਖੋ, ਆਹ ਜਾਮਨ ਲੱਗੇ ਹੋਏ ਆ। ਅਤੇ ਫਿਰ ਅਸੀਂ ਮੱਥਾ ਤਾਂ ਅੰਦਰ ਟੇਕ ਆਏ ਸੀ, ਫਿਰ ਇੱਥੇ 5-10 ਮਿੰਟ ਬੈਠੇ। ਆਪਾਂ ਬਾਹਰ ਨਿਕਲ ਹੀ ਰਹੇ ਸੀ, ਆਹ ਦੇਖੋ ਬਾਹਰ ਵਾਲੀ ਮਾਰਕੀਟ ਵਿੱਚ ਫਿਰ ਜੱਟ ਪ੍ਰਭਜੋਤ ਮਿਲ ਗਏ। ਅਤੇ ਫਿਰ ਆਪਾਂ ਇਹਨਾਂ ਨਾਲ 3-4 ਫੋਟੋਆਂ ਖਿਚਾਈਆਂ, ਅਤੇ ਫਿਰ ਇਹਨਾਂ ਨਾਲ ਥੋੜ੍ਹੀ ਜਿਹੀ ਆਪਾਂ ਗੱਲਾਂ ਮਾਰੀਆਂ, ਮਤਲਬ ਵਧੀਆ ਲੱਗਿਆ। ਜੇ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏ ਤਾਂ ਸ਼ੇਅਰ ਕਰ ਦੇਣਾ, ਅਤੇ ਲਾਈਕ ਕਰ ਦਿਉ, ਅਤੇ ਸਬਸਕ੍ਰਾਈਬ ਕਰ ਦਿਉ।